ਅੱਖੀਂ ਦੇਖੇ ਫਿਰ ਉਹ ਹਾਲ ਬਿਆਨ ਕਰਦੇ ਨੇ ਉਹ ਦੱਸਦੇ ਨੇ ਕਿ ਸਹਹਿਬਜ਼ਾਦਿਆਂ ਦੇ ਜਿਹੜੇ ਬਸਤਰ ਨੇ ਉਹ ਇੱਥੋਂ ਝਾੜੀਆਂ ਲੱਗ ਲੱਗ ਕੇ ਕੰਡੇ ਲੱਗ ਲੱਗ ਕੇ ਪਾੜ ਚੁੱਕੇ ਨੇ ਨੰਗੇ ਪੈਰ 'ਚ ਚੱਲੇ ਹੋਣਗੇ ਸਹਹਿਬਜ਼ਾਦੇ ਕਿ ਨੰਗੇ ਪੈਰਾਂ ਤੇ ਉਹ ਦੱਸਦੇ ਨੇ ਕਿ ਛਾਲੇ ਹੋਏ ਹੋਏ ਨੇ ਠੰਡੇ ਨਹੀਂ ਸੀ ਕਿ ਛਾਲੇ ਹੋਏ ਹੋਏ ਨੇ ਛਾਲੇ ਆਕੜ ਗਏ ਪੈਰ ਆਕੜ ਗਏ ਜ਼ਖਮ ਆਕਰ ਚੁੱਕੇ ਸੀਗੇ ਸਹਹਿਬਜ਼ਾਦਿਆਂ ਦੇ ਜ਼ਖਮ ਆਕਰ ਚੁੱਕੇ ਸੀਗੇ ਪਰ ਉਹ ਦੱਸਦੇ ਨੇ ਕਿ ਉਹਨਾਂ ਦੇ ਅੱਖਾਂ 'ਚ ਮੈਂ ਕੋਈ ਉਹ ਨਹੀਂ ਦੇਖਿਆ ਡਰ ਨਹੀਂ ਦੇਖਿਆ ਹਿੰਮਤ ਤੇ ਹੌਸਲਾ ਦੇਖਤੀ ਆਏ ਆ ਖਾਣਾ ਲਾ ਦਿੱਤਾ ਜਾਂਦਾ ਮੋਤੀराम ਮਹਿਰਾ ਜੀ ਜਦੋਂ ਬੁਰਕੀ ਤੋੜਦੇ ਨੇ ਖਾਣਾ ਖਾਣ ਲੱਗਦੇ ਨੇ ਇੱਥੇ ਜਾ ਕੇ ਬੁਰਕੀ ਰੁਕ ਜਾਂਦੀ ਆ ਬੁਰਕੀ ਇੱਥੇ ਆ ਕੇ ਰੁਕ ਜਾਂਦੀ ਆ ਅੱਖਾਂ 'ਚੋਂ ਹੰਝੂ ਵਗ ਰਹੇ ਨੇ ਤਾਂ ਮੋਤੀराम ਮਹਿਰਾ ਦੇ ਮਾਤਾ ਜੀ ਪੁੱਛਦੇ ਨੇ ਕਿ ਮੋਤੀ ਕੀ ਹੋਇਆ ਇੰਨੀ ਉਦਾਸੀ ਕਿਉਂ ਆ ਕਿਉਂ ਤੇਰੀਆਂ ਅੱਖਾਂ 'ਚ ਮੀਰ ਐ ਕਿਉਂ ਤੂੰ ਰੋਟੀ ਨਹੀਂ ਖਾ ਰਿਹਾ ਇੱਥੇ ਆ ਕੇ ਬੁਰਕੀ ਕਿਉਂ ਰੋਗੀ ਤਾਂ ਮੋਤੀराम ਮਹਿਰਾ ਪੁੱਬਾ ਮਾਰ ਮਾਰ ਰੋਣ ਲੱਗ ਜਾਂਦਾ ਕਹਿੰਦਾ ਮੇਰੇ ਗੁਰੂ ਦੇ લાલા ਨੇ રોટી ਨਹੀਂ ખાધી میرے ગુરુ ਦੇ માતાને રોટી ਨਹੀਂ ખાਦੀ ਮੈਂ ਕਿਵੇਂ ਰੋਟੀ ਖਾਵਾਂ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਸ਼ਹੀਦ ਕਰ ਦਿੱਤਾ ਜਾਂਦਾ ਹੈ ਤਾਂ ਮੋਤੀराम ਮਹਿਰਾ ਜੀ ਆਪਦੀਆਂ ਅੱਖਾਂ ਨਾਲ ਉਹ ਸ਼ਹਾਦਤ ਉਹਨਾਂ ਨੇ ਦੇਖੀ ਸੀ ਮੋਤੀराम ਮਹਿਰਾ ਜੀ ਨੇ ਹੀ ਆ ਕੇ ਮਾਤਾ ਗੁਜਰ ਕੌਰ ਜੀ ਨੂੰ ਇਹ ਖਬਰ ਸੁਣਾਈ ਸੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਮੋਤੀराम ਮਹਿਰਾ ਜੀ ਨੇ ਸੁਣਾਈ ਸੀ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਮੋਤੀराम ਮਹਿਰਾ ਜੀ ਨੇ ਲੱਕੜਾਂ ਦਾ ਪ੍ਰਬੰਧ ਕੀਤਾ ਸੀ ਚੰਦਨ ਦੀ ਲੱਕੜੀ ਲੈ ਕੇ ਆਏ ਸੀਗੇ ਸੰਗੂ ਦੇ ਚਾਚੇ ਦਾ ਮੁੰਡਾ ਜਿਹੜਾ ਪੰਮਾ ਉਹ ਜਾ ਕੇ ਫਿਰ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਵਜ਼ੀਰ ਖਾਨ ਕੋਲ ਚੁਗਲੀ ਕਰਦਾ ਹੈ ਕਿ ਇਹ ਬੰਦੇ ਨੇ ਤੇ ਹੁਕਮਾਂ ਦੀ ਉਲੰਘਣਾ ਕੀਤੀ ਆ ਬਾਬਾ ਮੋਤੀराम ਮਹਿਰਾਜੀ ਦੇ ਬੇਟੇ ਜਿਹੜੇ 7 ਸਾਲ ਸੀਗੇ ਤੇ ਬੱਚੇ ਸੀ ਉਹਨੂੰ ਕੋਲੂ ਚ ਪਾਇਆ ਜਾਂਦਾ ਖੂਨ ਦੀਆਂ ਕਹਿੰਦੇ ਨੇ ਖੂਨ ਦੀਆਂ ਤਾਂ ਤਿਆਰੀਆਂ ਸੀ ਨਾ ਜਿਹੜੀਆਂ ਉਹ ਮੋਤੀराम ਮਹਿਰਾਜੀ ਦੇ ਨਾ ਮੂੰਹ ਤੇ ਵੱਜਦੀਆਂ ਨੇ ਆਪਦੇ ਬੱਚੇ ਦੀਆਂ ਤੇ ਅੱਜ 50 ਲੀਟਰ ਦੁੱਧ ਵੇਚਦਾ ਹੁਣ ਮੈਨੂੰ ਲੱਗਦਾ ਕੱਲ ਨੂੰ 100 ਲੀਟਰ ਬਿਕਣ ਲੱਗ ਜਾਊਗਾ ਕੋਈ ਲੱਖ ਰੁਪਏ ਵੀ ਦੁੱਧ ਬਿਕਣ ਲੱਗ ਜੇ ਨਾ ਲੱਖ ਰੁਪਏ ਵੀ ਲੀਟਰ ਪਰ ਇਹ ਦੁੱਧ ਜਿਹੜਾ ਮੋਤੀ ਨਾਮ ਮਹਾਰਾਜੀ ਨੇ ਪਾਇਆ ਨਾ ਦੁਨੀਆ ਦਾ ਸਭ ਤੋਂ ਕੀਮਤੀ ਦੁੱਧ ਹੈ ਨੌ ਪੌਧੀ ਰਾਤ ਮਾਤਾ ਗੁਜਰੀ ਤੇ ਸਹਿਬਜ਼ਾਦਿਆਂ ਨੂੰ ਮਰਿੰਡੇ ਦੀ ਜੇਲ੍ਹ ਚ ਰੱਖਿਆ ਜਾਂਦਾ ਜਦੋਂ ਵਜ਼ੀਰ ਖਾਨ ਨੂੰ ਪਤਾ ਚੱਲਦਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਅਸੀਂ ਫੜ ਲਿਆ ਉਹ ਹੰਕਾਰੀ ਬੰਦਾ ਬੜਾ ਖੁਸ਼ ਹੁੰਦਾ ਬੜਾ ਉੱਚੀ ਉੱਚੀ ਹੱਸਦਾ ਕਹਿੰਦਾ ਇੱਥੇ ਲੈ ਕੇ ਆਓ ਜਦੋਂ ਲੈ ਕੇ ਆਇਆ ਜਾਂਦਾ ਮਰਿੰਡੇ ਤੋਂ 10 ਪੋ ਨੂੰ ਮਰਿੰਡੇ ਤੋਂ ਸਰਹੰਦ ਲਿਆਂਦਾ ਜਾਂਦਾ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਉਹਨਾਂ ਦੀ ਪਛਾਣ ਕਰਨ ਲਈ ਸਰੰਦ ਦੇ ਬਾਰੋ-ਬਾਰ ਹੀ ਸੁਚਾਨੰਦ ਨੂੰ ਭੇਜਿਆ ਜਾਂਦਾ ਕਿਉਂਕਿ ਮੁਗਲਾਂ ਨੂੰ ਇਹ ਯਕੀਨ ਹੀ ਨਹੀਂ ਸੀਗਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਫੜ ਲਏ ਨੇ ਉਹ ਦੇਖਣਾ ਚਾਹੁੰਦੇ ਸੀ ਵੀ ਉਹੀ ਨੇ ਜਾਂ ਸਾਨੂੰ ਕੋਈ ਚੱਕਮਾ ਤਾਂ ਨਹੀਂ ਦਿੱਤਾ ਗਿਆ ਕਿਉਂਕਿ ਗੁਰੂ ਸਾਹਿਬ ਨੇ ਚਮਕੌਰ ਦੀ ਜੰਗ 'ਚ ਵੀ ਐਦਾਂ ਦਾ ਚੱਕਮਾ ਦਿੱਤਾ ਸੀਗਾ ਵਜ਼ੀਰ ਖਾਂ ਹੋਣਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਜਦੋਂ ਉਹ ਚਮਕੌਰ ਦਾ ਕਿਲਾ ਛੱਡਣ ਤੋਂ ਪਹਿਲਾਂ ਜਿਹੜਾ ਆਪਦਾ ਬਾਣਾ ਸੀਗਾ ਉਹ ਕਿਸੇ ਹੋਰ ਸਿੰਘ ਨੂੰ ਪਵਾ ਕੇ ਤਾੜੀ ਮਾਰ ਕੇ ਉੱਥੋਂ ਨਿਕਲ ਗਏ ਸੀ ਉਹ ਜਦੋਂ ਸਿੰਘ ਸ਼ਹੀਦ ਕਰਤਾ ਮੁਗਲ ਫੌਜਾਂ ਨੇ ਤਾਂ ਬੜਾ ਖੁਸ਼ ਹੋਏ ਕਿ ਗੁਰੂ ਗੁਰੂ ਅਸੀਂ ਸ਼ਹੀਦ ਕਰਤਾ ਸਿੱਖਾਂ ਦਾ ਗੁਰੂ ਅਸੀਂ ਮਾਰਤਾ ਜਦੋਂ ਦੇਖਿਆ ਵਜ਼ੀਰ ਖਾਨ ਨੇ ਜਾ ਕੇ ਤਾਂ ਬੜਾ ਅਗਬਬੂਲਾ ਹੋਇਆ ਸੀ ਕਿ ਯਾਰ ਸਾਨੂੰ ਤਾਂ ਫਿਰ ਪਾਗਲ ਬਣਾਤਾ ਗੁਰੂ ਗੋਬਿੰਦੇ ਨੇ ਇਸ ਕਰਕੇ ਉਹਨਾਂ ਨੂੰ ਯਕੀਨ ਨਹੀਂ ਸੀ ਹੋ ਰਿਹਾ ਸੁਚਾਨੰਦ ਨੂੰ ਭੇਜਿਆ ਗਿਆ ਸੁਚਾਨੰਦ ਨੇ ਪਛਾਣ ਕੀਤੀ ਤੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਲਿਆਇਆ ਗਿਆ ਉਸ ਤੋਂ ਬਾਅਦ ਵਜ਼ੀਰ ਖਾਨ ਨੇ ਹੰਕਾਰ ਚਾਹੇ ਵਜ਼ੀਰ ਖਾਨ ਨੇ ਇਹ ਹੁਕਮ ਸੁਣਾਤਾ ਕਿ ਮਾਤਾ ਗੁਜਰੀ ਤੇ ਛੋਟੇ ਸਹਬਜ਼ਾਦਿਆਂ ਨੂੰ ਠੰਡੇ ਬੁਰਜ ਚ ਰੱਖਿਆ ਜਾਵੇ ਇਹਨਾਂ ਨੂੰ ਖਾਣ ਨੂੰ ਕੁਛ ਨਾ ਦਿੱਤਾ ਜਾਵੇ ਤੇ ਇਹਨਾਂ ਨੂੰ ਤੰਟਕਨ ਨੂੰ ਵੀ ਕੁਛ ਨਾ ਦਿੱਤਾ ਜਾਵੇ ਪਰ ਇੰਨੇ ਜ਼ਾਲਿਮਾਂ ਤੇ ਸਤ ਬਗਾਨਿਆਂ ਚ ਇੱਕ ਕੋਈ ਆਪਣਾ ਵੀ ਸੀਗਾ ਕੌਣ ਸੀ ਉਹ ਆਪਣਾ ਉਹਨੂੰ ਆਪਾਂ ਭੁੱਲ ਨਹੀਂ ਸਕਦੇ ਉਹ ਸੀਗੇ ਭਾਈ ਮੋਤੀराम ਮਹਿਰਾ ਜੀ ਮੋਤੀराम ਮਹਿਰਾ ਜੀ ਕੌਣ ਸੀਗੇ ਮੋਤੀਨਾਮ ਮਹਿਰਾ ਜੀ ਸਰਹੰਦ ਦੇ ਨਵਾਬ ਕੋਲ ਨੌਕਰੀ ਕਰਦੇ ਸੀ ਜਿਹੜੇ Hindu ਕੈਦੀ ਹੁੰਦੇ ਸੀਗੇ ਉਹਨਾਂ ਨੂੰ ਖਾਣਾ ਖਵਾਉਣ ਦਾ ਕੰਮ ਕਰਦੇ ਸੀਗੇ ਮੋਤੀराम ਮਹਿਰਾ ਜੀ ਜਦੋਂ ਮੋਤੀराम ਮਹਿਰਾ ਜੀ ਠੰਡੇ ਪੁਰਜੇ ਚ ਜਾਂਦੇ ਨੇ ਤਾਂ ਉਹ ਭਾਵੁਕ ਹੋ ਜਾਂਦੇ ਨੇ ਤਾਂ ਉਹ ਖਾਣਾ ਆਫਰ ਕਰਦੇ ਨੇ ਮਾਤਾ ਗੁਜਰੀ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਕਿ ਮੈਂ ਤੁਹਾਡੀ ਸੇਵਾ ਕਰਨਾ ਚਾਹਣਾ ਤੇ ਕਿ ਤੁਸੀਂ ਖਾਣਾ ਖਾ ਲਓ ਮੈਂ ਤੁਹਾਡੇ ਵਾਸਤੇ ਖਾਣਾ ਲੈ ਕੇ ਆਇਆ ਤਾਂ ਮਾਤਾ ਗੁਜਰੀ ਜੀ ਮਨਾ ਕਰ ਦਿੰਦੇ ਨੇ ਕਿ ਕਹਿੰਦੇ ਨੇ ਕਿ ਇਹ ਜ਼ਾਲਮਾਂ ਦੇ ਘਰ ਦਾ ਅਸੀਂ ਅੰਨ ਦਾ ਇੱਕ ਦਾਣਾ ਵੀ ਨਹੀਂ ਛਕਾਂਗੇ ਤੁਸੀਂ ਸੋਚੋਗੇ ਮਰਿੰਡੇ ਵੀ ਉਹਨਾਂ ਨੇ ਕੁਝ ਨਹੀਂ ਖਾਦਾ ਇੱਕ ਦਿਨ ਪਹਿਲਾਂ ਵੀ ਜੇਲ੍ਹ 'ਚ ਉਹਨਾਂ ਨੂੰ ਕੁਝ ਨਹੀਂ ਖਵਾਇਆ ਗਿਆ ਛੋਟੇ ਛੋਟੇ ਬੱਚੇ ਨੇ ਤੇ ਇੱਕ 80-85 ਸਾਲ ਦੇ ਬਜ਼ੁਰਗ ਆਰਥ ਤੇ ਅਗਲੇ ਦਿਨ ਵੀ ਪੂਰਾ ਦਿਨੋਂ ਭੁੱਖੇ ਸੀਗੇ ਕੁਝ ਨਹੀਂ ਖਾਂਦਾ ਤੇ ਖਾਣਾ ਆਫਰ ਕੀਤਾ ਜਾਂਦਾ ਤੇ ਉਹ ਮਨਾਂ ਕਰ ਦਿੰਦੇ ਨੇ ਮੋਤੀराम ਮਹਿਰਾ ਜਦੋਂ ਨੌਕਰੀ ਆਪਦੀ ਖਤਮ ਕਰਕੇ ਜਦੋਂ ਸ਼ਰ੍ਹਾਤ ਨੂੰ ਘਰੇ ਜਾਂਦੇ ਨੇ ਉਹਨਾਂ ਦੇ ਪਰਿਵਾਰ 'ਚ ਉਹਨਾਂ ਦੀ ਮਾਤਾ ਤੇ ਉਹਨਾਂ ਦੀ ਘਰ ਵਾਲੀ ਉਹਨਾਂ ਦੀ ਵੇਟ ਕਰ ਰਹੀ ਹੁੰਦੀ ਹੈ ਇੱਕ 7 ਸਾਲ ਦਾ ਉਹਨਾਂ ਦਾ ਬੱਚਾ ਹੈ ਨਰੇਣਾ ਰੈਣਾ ਜੀ ਦਾ ਨਾਮ ਦੱਸਦੇ ਨੇ ਤਾਂ ਉਹ ਖਾਣਾ ਤਿਆਰ ਕਰਦੇ ਨੇ ਇਹ ਕਿਉਂਕਿ ਉਹ ਵੇਟ ਕਰ ਰਹੇ ਹੁੰਦੇ ਨੇ ਮੋਤੀਰਾਮ ਮਹਾਰਾਜੀ ਦੀ ਕਿ ਉਹ ਆਉਣਗੇ ਤਾਂ ਅਸੀਂ ਖਾਣਾ ਛਕਾਂਗੇ ਇਕੱਠੇ ਖਾਣਾ ਛਕਾਂਗੇ ਖਾਣਾ ਲਾ ਦਿੱਤਾ ਜਾਂਦਾ ਹੈ ਮੋਤੀਰਾਮ ਮਹਾਰਾਜੀ ਜਦੋਂ ਬੁਰਕੀ ਤੋੜਦੇ ਨੇ ਖਾਣਾ ਖਾਣ ਲੱਗਦੇ ਨੇ ਇੱਥੇ ਜਾ ਕੇ ਬੁਰਕੀ ਰੁਕ ਜਾਂਦੀ ਹੈ ਬੁਰਕੀ ਇੱਥੇ ਆ ਕੇ ਰੁਕ ਜਾਂਦੀ ਹੈ ਅੱਖਾਂ 'ਚੋਂ ਹੰਝੂ ਵਗ ਰਹੇ ਨੇ ਤਾਂ ਮੋਤੀਰਾਮ ਮਹਾਰਾ ਦੇ ਮਾਤਾ ਜੀ ਪੁੱਛਦੇ ਨੇ ਕਿ ਮੋਤੀ ਕੀ ਹੋਇਆ ਇੰਨੀ ਉਦਾਸੀ ਕਿਉਂ ਆ ਕਿਉਂ ਤੇਰੀਆਂ ਅੱਖਾਂ 'ਚ ਨੀਰ ਹੈ ਕਿਉਂ ਤੂੰ ਰੋਟੀ ਨਹੀਂ ਖਾ ਰਿਹਾ ਇੱਥੇ ਆ ਕੇ ਬੁਰਕੀ ਕਿਉਂ ਰੁਕ ਗਈ ਤਾਂ ਮੋਤੀਰਾਮ ਮਹਾਰਾ ਪੁੱਬਾ ਮਾਰ ਮਾਰ ਰੋਣ ਲੱਗ ਕਿੰਨਾ ਮੇਰੇ ਗੁਰੂ ਦੇ ਲਾਲਾ ਨੇ ਰੋਟੀ ਨਹੀਂ ਖਾਧੀ ਮੇਰੇ ਗੁਰੂ ਦੇ ਮਾਤਾ ਨੇ ਰੋਟੀ ਨਹੀਂ ਖਾਧੀ ਮੈਂ ਕਿਵੇਂ ਰੋਟੀ ਖਾਲਾਂ ਅੱਖੀਂ ਦੇਖੇ ਫਿਰ ਉਹ ਹਾਲ ਬਿਆਨ ਕਰਦੇ ਨੇ ਉਹ ਦੱਸਦੇ ਨੇ ਕਿ ਸਹਬਜ਼ਾਦਿਆਂ ਦੇ ਜਿਹੜੇ ਬਸਤਰ ਨੇ ਉਹ ਇੱਥੋਂ ਝਾੜੀਆਂ ਲੱਗ ਲੱਗ ਕੇ ਕੰਡੇ ਲੱਗ ਲੱਗ ਕੇ ਪਾੜ ਚੁੱਕੇ ਨੇ ਨੰਗੇ ਪੈਰ ਚੱਤ ਚੱਲੇ ਹੋਣਗੇ ਸਹਬਜ਼ਾਦੇ ਕਿ ਨੰਗੇ ਪੈਰਾਂ ਤੇ ਉਹ ਦੱਸਦੇ ਨੇ ਕਿ ਛਾਲੇ ਹੋਏ ਹੋਏ ਨੇ ਠੰਡੇ ਨਹੀਂ ਸੀ ਕਿ ਛਾਲੇ ਹੋਏ ਹੋਏ ਨੇ ਛਾਲੇ ਆਕੜ ਗਏ ਪੈਰ ਆਕੜ ਗਏ ਜ਼ਖਮ ਆਕਰ ਚੁੱਕੇ ਸੀਗੇ ਸਾਮਜ਼ਾਦਿਆਂ ਦੇ जखਮ ਆਕਰ ਚੁੱਕੇ ਸੀਗੇ ਮਤ ਪਰ ਉਹ ਦੱਸਦਿੰਨੇ ਕਿ ਉਹਨਾਂ ਦੇ ਅੱਖਾਂ 'ਚ ਮੈਂ ਕੋਈ ਉਹ ਨਹੀਂ ਦੇਖਿਆ ਡਰ ਨਹੀਂ ਦੇਖਿਆ ਹਿੰਮਤ ਤੇ ਹੌਸਲਾ ਦੇਖ ਕੇ ਆਇਆ ਤੇ ਮਾਤਾ ਮੋਤੀराम ਮਹਿਰਾ ਦੇ ਮਾਤਾ ਕਹਿੰਦੇ ਨੇ ਕਿ ਤੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਸੀ ਤੈਨੂੰ ਫਿਰ ਉਹਨੂੰ ਦੱਸਦੇ ਨੇ ਮੋਤੀराम ਮਹਿਰਾ ਜੀ ਕਿ ਮੈਂ ਖਾਣਾ ਆਫਰ ਕੀਤਾ ਸੀ ਉਹਨਾਂ ਨੇ ਮਨਾਂ ਕਰਤਾ ਤਾਂ ਫਿਰ ਮੋਤੀराम ਮਹਿਰਾ ਦੇ ਜਿਹੜੇ ਧਰਮ ਪਤਨੀ ਸੀਗੇ ਉਹ ਕਮਰੇ 'ਚ ਜਾ ਕੇ ਜਿਹੜੇ ਵਿਆਹ ਵੇਲੇ ਉਹਨਾਂ ਦੇ ਬਾਪ ਨੇ ਗਹਿਣੇ ਪਾਏ ਸੀਗੇ ਮਤਲਬ ਦਾਜ ਦੇ ਤੌਰ ਤੇ ਜਾਂ ਜਿਵੇਂ ਮਾਂ ਦੀ ਕੁੜੀ ਨੂੰ ਗਹਿਣੇ ਦਿੱਤੇ ਸੀਗੇ ਉਹ ਗਹਿਣੇ ਉਹ ਲੈ ਕੇ ਆਉਂਦੇ ਨੇ ਕਪੂਟੜੀ ਚ ਤੇ ਮੋਤੀ ਨਾਮ ਮਹਿਰਾਜ ਨੂੰ ਦੇ ਦਿੰਦੇ ਨੇ ਕਿ ਮੁਗਲ ਸਪਾਹੀ ਟਕੇ ਟਕੇ ਤੇ ਵੇਖਦੇ ਨੇ ਤੁਸੀਂ ਇਹ ਗਹਿਣੇ ਲੈ ਜਾਓ ਹਨਾ ਇਹ ਰਿਸ਼ਬਤ ਦੇ ਤੌਰ ਤੇ ਉਹਨਾਂ ਨੂੰ ਦੋ ਤੇ ਤੁਹਾਨੂੰ ਗਰਮ ਦੁੱਧ ਕਰਕੇ ਦਿੰਨੀ ਆ ਇਹ ਗੁਰੂ ਸਾਹਿਬ ਦੀ ਮਾਤਾ ਤੇ ਸਹਬਜ਼ਾਦਿਆਂ ਨੂੰ ਛਕਾ ਕੇ ਆਓ ਕਿ ਉਹਨਾਂ ਦੀ ਸੇਵਾ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਮੋਤੀ ਨਾਮ ਮਹਿਰਾ ਜਾਣਦੇ ਨੇ ਉਹ ਗਹਿਣਿਆਂ ਦੀ ਰਿਸ਼ਬਤ ਦਿੰਦੇ ਨੇ ਉੱਥੇ ਤੇ ਫਿਰ ਮਾਤਾ ਜੀ ਨੂੰ ਜਾ ਕੇ ਉੱਥੇ ਦੁੱਧ ਛਕਾਉਂਦੇ ਨੇ ਤੇ ਉੱਥੇ ਉਹ ਫਿਰ ਮਾਤਾ ਜੀ ਨੂੰ ਦੱਸਦੇ ਨੇ ਕਿ ਮੈਂ ਕੌਣ ਆ ਮਤਾਈ ਵੀ ਹੈਰਾਨ ਹੁੰਦੇ ਨੇ ਕਿ ਇਹ ਇੱਕ ਮੁਗਲਾਂ ਚੋਂ ਜਿੱਥੇ ਐਨੇ ਜ਼ਾਲਮ ਲੋਕ ਰਹਿੰਦੇ ਨੇ ਸਾਡੀ ਹੈਲਪ ਕਰਨ ਲਈ ਕੋਈ ਕਿੱਥੇ ਆ ਗਿਆ ਫਿਰ ਮੋਤੀराम ਮਹਿਰਾ ਜੀ ਦੱਸਦੇ ਨੇ ਕਿ ਮੇਰੇ ਪਿਤਾ ਜੀ ਉਹਨਾਂ ਦੇ ਪਿਤਾ ਦਾ ਨਾਮ ਹਰਾ ਸਿੰਘ ਸੀ ਆਨੰਦਪੁਰ ਉਹ ਗੁਰਗੋਵਿੰਦ ਸਿੰਘ ਜੀ ਦੇ ਨਾਲ ਰਹਿੰਦੇ ਸੀਗੇ ਉਹ ਦੱਸਦੇ ਨੇ ਕਿ ਮੈਂ ਹਰਾ ਸਿੰਘ ਦਾ ਪੁੱਤਰ ਆ ਮੋਤੀਨਾਮ ਮਹਿਰਾ ਜੀ ਦਾ ਪੰਜ ਪਿਆਰਿਆਂ ਨਾਲ ਵੀ ਇੱਕ ਰਿਸ਼ਤਾ ਸੀਗਾ ਪੰਜ ਪਿਆਰਿਆਂ ਚੋਂ ਇੱਕ ਭਾਈ ਹਿੰਮਤ ਸਿੰਘ ਜੀ ਮੋਤੀराम ਮਹਿਰਾ ਦੇ ਚਾਚਾ ਜੀ ਲੱਗਦੇ ਸੀ ਉਹ ਗਰਮ ਦੁੱਧ ਪਿਉਂਦੇ ਨੇ ਗਰਮ ਦੁੱਧ ਪੀ ਕੇ ਮਾਤਾ ਗੁਜਰ ਕੌਰ ਜੀ ਬਹੁਤ ਅਸੀਸਾਂ ਦਿੰਦੇ ਨੇ ਮੋਤੀਰਾਮ ਮਹਿਰਾ ਨੂੰ ਤਿੰਨ ਰਾਤਾਂ ਉੱਥੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਰੁਕਦੇ ਨੇ ਤਿੰਨੋਂ ਰਾਤਾਂ ਭਾਈ ਮੋਤੀਰਾਮ ਮਹਿਰਾ ਜੀ ਉੱਥੇ ਜਾਂਦੇ ਨੇ ਤੇ ਗਰਮ ਦੁੱਧ ਛਕਾ ਕੇ ਆਉਂਦੇ ਨੇ ਉਹਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਸ਼ਹੀਦ ਕਰ ਦਿੱਤਾ ਜਾਂਦਾ ਹੈ ਤਾਂ ਮੋਤੀਰਾਮ ਮਹਿਰਾ ਜੀ ਆਪਦੀਆਂ ਅੱਖਾਂ ਨਾਲ ਉਹ ਸ਼ਹਾਦਤ ਉਹਨਾਂ ਨੇ ਦੇਖੀ ਸੀਗੀ ਮੋਤੀराम ਮਹਿਰਾ ਜੀ ਨੇ ਹੀ ਆ ਕੇ ਮਾਤਾ ਗੁਜਰ ਕੌਰ ਜੀ ਨੂੰ ਇਹ ਖਬਰ ਸੁਣਾਈ ਸੀ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਮੋਤੀराम ਮਹਿਰਾ ਜੀ ਨੇ ਹੀ ਸੁਣਾਈ ਸੀ ਕਿ ਹਾਈ ਵੀ ਜਾਂਦਾ ਹੈ ਇਤਿਹਾਸਕਾਰੇ ਵੀ ਲਿਖਦੇ ਨੇ ਕਿ ਜਦੋਂ ਦੀਵਾਨ ਟੋਡਰਮਲ ਜਿਨ੍ਹਾਂ ਨੇ ਮੋਹਰਾਂ ਬਿਸ਼ਾਈਆਂ ਸੀ ਜੀਆਂ ਜ਼ਮੀਨ ਖਰੀਦੀ ਸੀਗੀ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਜਿਨ੍ਹਾਂ ਨੇ ਖਰੀਦੀ ਸੀਗੀ ਸਹਿਬਜ਼ਾਦਿਆਂ ਦੇ ਸੰਸਕਾਰ ਲਈ ਮੋਤੀराम ਮਹਿਰਾ ਜੀ ਨੇ ਲੱਕੜਾਂ ਦਾ ਪ੍ਰਬੰਧ ਕੀਤਾ ਸੀ ਚੰਦਨ ਦੀ ਲੱਕੜੀ ਲੈ ਕੇ ਆਏ ਸੀਗੇ ਕੰਗੂ ਦੇ ਚਾਚੇ ਦਾ ਮੁੰਡਾ ਸੀਗਾ ਪੰਮਾ ਜਿਹੜਾ ਵਜ਼ੀਰ ਖਾਨ ਕੋਲ ਨੌਕਰੀ ਕਰਦਾ ਸੀਗਾ ਉਹ ਜਾ ਕੇ ਫਿਰ ਸਹਿਬਜ਼ਾਦੇ ਦੀ ਸ਼ਹੀਦੀ ਤੋਂ ਬਾਅਦ ਵਜ਼ੀਰ ਖਾਨ ਕੋਲ ਚੁਗਲੀ ਕਰਦਾ ਹੈ ਕਿ ਇਹ ਬੰਦੇ ਨੇ ਤੇ ਹੁਕਮਾਂ ਦੀ ਉਲੰਘਣਾ ਕੀਤੀ ਆ ਇਹ ਬੰਦੇ ਨੇ ਗੁਰੂ ਗੋਬਿੰਦ ਕਾਫਰ ਕਹਿੰਦੇ ਸੀ ਉਹ ਜਿਹੜੇ ਕੋਸੀ ਨਾ ਵਜ਼ੀਰ ਖਾਨ ਹੋਣੀ ਉਹ ਗੁਰਗੋਬਿੰਦ ਸਿੰਘ ਨੂੰ ਕਾਫਰ ਕਹਿੰਦੇ ਸੀ ਕਿ ਇਹ ਗੋਬਿੰਦ ਕਾਫਰ ਦੇ ਬੱਚਿਆਂ ਦੀ ਤੇ ਮਾਤਾ ਦੀ ਇਹ ਬੰਦੇ ਨੇ ਹੈਲਪ ਕੀਤੀ ਆ ਤੇਰੀ ਤਹਾਈਨ ਕੀਤੀ ਆ ਫਿਰ ਬੁਲਾਇਆ ਜਾਂਦਾ ਉਹਨਾਂ ਨੂੰ ਵਜ਼ੀਰ ਖਾਨ ਇੰਨਾ ਚਲਾਕ ਸੀਗਾ ਇੰਨਾ ਹੰਕਾਰੀ ਬੰਦਾ ਸੀਗਾ ਇਹ ਤਾਂ ਮਤਲਬ ਉਹ ਉੱਥੇ ਆਪਸ਼ਨ ਦਿੰਦਾ ਹੈ ਕਿ ਤੂੰ ਆਪਦਾ ਧਰਮ ਬਦਲ ਲੈ ਤੂੰ ਮੁਸਲਮਾਨ ਬਣ ਜਾ ਤੈਨੂੰ ਮਾਫ ਕਰ ਦਾਂਗੇ ਅਸੀਂ ਤੈਨੂੰ ਸਜ਼ਾ ਨਹੀਂ ਦੇਵਾਂਗੇ ਤੇਰੇ ਪਰਿਵਾਰ ਨੂੰ ਵੀ ਬਖਸ਼ ਦਾਂਗੇ ਤੈਨੂੰ ਵੀ ਬਖਸ਼ ਦਾਂਗੇ ਪਰ ਉੱਥੇ ਮੋਤੀराम ਮੈਰਾਜੀ ਸਾਫ਼ ਮਨਾ ਕਰ ਦਿੰਦੇ ਨੇ ਤਾਂ ਕੀ ਕੀਤਾ ਜਾਂਦਾ ਇੱਕ ਤੇਲੀ ਬਾਜ਼ਾਰ ਸੀਗਾ ਸਰੰਦ ਦਾ ਸਰੰਦ ਦੇ ਤੇਲੀ ਬਾਜ਼ਾਰ ਚ ਕੋਲੂ ਲੱਗੇ ਹੁੰਦੇ ਸੀ ਵੱਡੇ ਵੱਡੇ ਉੱਥੇ ਲਿਆਇਆ ਜਾਂਦਾ ਸਾਰਾ ਪਰਿਵਾਰ ਬੁਲਾ ਲਿਆ ਜਾਂਦਾ ਮੋਤੀराम ਮੈਰਾਜੀ ਦਾ ਉੱਥੇ ਫੇਰ ਇੱਕ ਵਾਰ ਕਿਹਾ ਜਾਂਦਾ ਕਿ ਹੁਣ ਇਹ ਵੀ ਸੋਚ ਲੈ ਉਹਨਾਂ ਨੂੰ ਐਸੀ ਵੀ ਵੱਡੇ ਵੱਡੇ ਕੋਲੂ ਦੇਖ ਕੇ ਇਹ ਡਰ ਜਾਣਗੇ ਫੇਰ ਮਨਾ ਕਰ ਦਿੰਦੇ ਨੇ ਬਾਬਾ ਜੀ ਬਾਬਾ ਮੋਤੀराम ਮਹਿਰਾਜੀ ਦੇ ਬੇਟੇ ਜਿਹੜਾ 7 ਸਾਲ ਸੀਗੇ ਤੇ ਬੱਚੇ ਸੀ ਉਹਨੂੰ ਕੋਲੂ ਚ ਪਾਇਆ ਜਾਂਦਾ ਪੈਰਾਂ ਤੋਂ ਪਾਇਆ ਜਾਂਦਾ ਕੋਲੂ ਚ ਪੈਰਾਂ ਤੋਂ ਪਾਇਆ ਜਾਂਦਾ ਤੇ ਕੋਲੂ ਫੇਰਿਆ ਜਾਂਦਾ ਤੇ ਐਵੇਂ ਬਸ ਅੱਗੇ ਅੱਗੇ ਸ਼ਰੀਰ ਸਮਝ ਲਓ ਕਿ ਪੀਸਿਆ ਜਾਂਦਾ ਹਨਾ ਖੂਨ ਦੀਆਂ ਕਹਿੰਦੇ ਨੇ ਖੂਨ ਦੀਆਂ ਤਾਂ ਤਿਆਰੀਆਂ ਸੀ ਨਾ ਜਿਹੜੀਆਂ ਉਹ ਮੋਤੀराम ਮਹਿਰਾਜੀ ਦੇ ਨਾ ਮੂੰਹ ਤੇ ਵੱਜਦੀਆਂ ਨੇ ਆਪਦੇ ਬੱਚੇ ਦੀਆਂ ਜਦੋਂ ਉਹ ਪੱਟਾਂ ਦਾ ਕਾਦਤ ਆ ਆ ਜਾਂਦਾ ਨਾ ਸਦੋਂ ਉਹ ਪੱਟਾਂ ਤੱਕ ਆ ਜਾਂਦਾ ਖੂਨ ਮਤਲਬ ਪੱਟਾਂ ਤੱਕ ਪੀਸੇ ਜਾਂਦੇ ਨੇ ਮੋਤੀ ਮਹਿਰਾਜੀ ਦੇ ਬੇਟੇ ਤਾਂ ਫਿਰ ਕਿਹਾ ਜਾਂਦਾ ਉਹਨੂੰ ਕਿ ਹਜੇ ਵੀ ਸੋਚ ਲਾ ਤੇਰਾ ਬਾਕੀ ਟੱਬਰ ਬਚ ਜੂਗਾ ਹਜੇ ਵੀ ਸੋਚ ਜਾ ਮੁਸਲਮਾਨ ਬਣ ਜਾ ਤੂੰ ਬਚ ਜਾਏਗਾ ਤੇਰਾ ਪਰਿਵਾਰ ਬਚ ਜੂਗਾ ਚੁੱਪ ਰਹਿੰਦੇ ਨੇ ਮੋਤੀ ਨਾਮ ਮਹਿਰਾਜੀ ਕੋਈ ਅੱਧਾ ਪਰਸੈਂਟ ਵੀ ਫੇਸ ਤੇ ਡਰ ਨਹੀਂ ਕੋਈ ਵੀ ਕੁਝ ਨਹੀਂ ਆ ਵਾਇਗਰੂ ਵਾਇਗਰੂ ਉੱਥੇ ਕਰੀ ਜਾ ਰਹੇ ਨੇ ਉਹਨਾਂ ਦੇ ਸਾਹਮਣੇ ਹੀ ਉਹਨਾਂ ਦੇ ਬੱਚੇ ਨੂੰ ਪੀਸ ਦਿੱਤਾ ਜਾਂਦਾ ਉਸ ਤੋਂ ਬਾਅਦ ਮੋਤੀ ਨਾਮ ਮਹਿਰਾਜੀ ਦੀ ਮਾਤਾ ਨੂੰ ਪੀਸਿਆ ਜਾਂਦਾ ਉਹਨਾਂ ਦੇ ਸਾਹਮਣੇ ਹੋਲੀ-ਹੋਲੀ ਮਾਤਾ ਨੂੰ ਪੀਸਿਆ ਜਾ ਰਿਹਾ ਹੋਲੀ-ਹੋਲੀ ਪੀਸਿਆ ਜਾ ਰਿਹਾ ਹੈ ਤੇ ਫੇਰ ਡਰਾਵੇ ਦਿੱਤੇ ਜਾ ਰਹੇ ਨੇ ਕਿ ਹਜੇ ਵੀ ਸੋਚ ਲਾ ਹਜੇ ਵੀ ਸੋਚ ਲਾ ਮੋਤੀਰਾਮ ਮਹਿਰਾ ਜੀ ਉਹਨਾਂ ਦੀ ਇੱਕ ਨਹੀਂ ਸੁਣਦੇ ਫੇਰ ਉਹਨਾਂ ਦੀ ਧਰਮ ਪਤਨੀ ਨੂੰ ਪੀਸਿਆ ਜਾਂਦਾ ਫਿਰ ਬਾਬਾ ਮੋਤੀਰਾਮ ਮਹਿਰਾ ਜੀ ਨੂੰ ਪੀਸਿਆ ਜਾਂਦਾ ਕੋਲੂ 'ਚ ਉਹਨਾਂ ਦੀਆਂ ਪੈਰਾਂ ਪੈਰਾਂ ਦੀ ਸਾਈਡ ਤੋਂ ਉਹਨਾਂ ਨੂੰ ਪਾ ਦਿੱਤਾ ਜਾਂਦਾ ਹੈ ਇਹ ਦੱਸਦੇ ਨੇ ਵੀ ਜਿਹੜੇ ਮੋਤੀਰਾਮ ਮਹਿਰਾ ਜੀ ਸੀਗੇ ਉਹ ਬੜੇ ਭਾਰੇ ਸਰੀਰ ਦੇ ਸੀਗੇ 40 ਸਾਲ ਉਹਨਾਂ ਦੀ ਉਮਰ ਸੀਗੀ 22 ਸਾਲ ਤੋਂ ਸੋਚੋ 22 ਸਾਲ ਤੋਂ ਉੱਥੇ ਸੁਪੇ ਸਰਹੰਦ ਦੇ ਨੌਕਰੀ ਕਰ ਰਹੇ ਸੀ ਉਹ 17 ਸਾਲ ਦੇ ਸੀਗੇ ਜਦੋਂ ਉਹਨਾਂ ਨੂੰ ਨੌਕਰੀ ਮਿਲੀ ਸੀ ਇੱਥੇ ਕੋਈ 1 ਸਾਲ ਦੀ ਨੌਕਰੀ ਪਿੱਛੇ ਕੋਈ ਬਗਾਵਤ ਨਹੀਂ ਕਰਦਾ ਔਰ ਦੁੱਧ ਸਿਰਫ 3 ਦਿਨ ਦੁੱਧ ਪੀਉਣ ਦੀ ਇੰਨੀ ਵੱਡੀ ਸਜ਼ਾ ਉਹਨਾਂ ਨੂੰ ਵੀ ਪਤਾ ਸੀ ਮੈਨੂੰ ਮਿਲਣੀ ਆ ਕਹਿੰਦੇ ਨੇ ਕਿ ਦੁੱਧ ਵੀ ਕਿੰਨਾ ਵੀ ਮਹਿੰਗਾ ਹੋ ਜਾਏ ਅੱਜ 50 ਲੀਟਰ ਦੁੱਧ ਬਿਕਦਾ ਹੁਣ ਮੈਨੂੰ ਲੱਗਦਾ ਕੱਲ ਨੂੰ 100 ਲੀਟਰ ਬਿਕਣ ਲੱਗ ਜਾਊਗਾ ਕਿਤੇ ਕੋਈ ਬਹੁਤ ਮਹਿੰਗਾ ਦੁੱਧ ਹੋਊਗਾ ਕੋਈ ਲੱਖ ਰੁਪਏ ਵੀ ਦੁੱਧ ਬਿਕਣ ਲੱਗ ਜਾਣਾ ਲੱਖ ਰੁਪਏ ਵੀ ਲੀਟਰ ਪਰ ਇਹ ਦੁੱਧ ਜਿਹੜਾ ਮੋਤੀ ਨਾਮ ਮਹਿਰਾਜੀ ਨੇ ਪਾਇਆ ਹੈ ਨਾ ਦੁਨੀਆ ਦਾ ਸਭ ਤੋਂ ਕੀਮਤੀ ਦੁੱਧ ਹੈ ਮੈਨੂੰ ਲੱਗਦਾ ਹੈ ਇਸ ਤੋਂ ਵੱਧ ਕੀਮਤੀ ਦੁੱਧ ਕੋਈ ਮਤਲਬ ਆ ਸਕਦਾ ਹੈ ਦੁਨੀਆ ਤੇ ਆ ਜਾਦ ਨਹੀਂ ਹੋ ਸਕਦਾ ਇੱਥੇ ਇੱਕ ਹੋਰ ਪਰਿਵਾਰ ਵੀ ਸ਼ਹੀਦ ਹੋਇਆ ਸੀ ਜਿਹੜਾ ਸ਼ਹੀਦੀਆਂ ਦੇ ਸਰਤਾਜ ਨੇ ਸਾਡੇ ਸ਼ਹਿਜ਼ਾਦੇ ਉਹਨਾਂ ਨੇ ਕਿਵੇਂ ਦੀ ਪਿਰਤ ਪਾਈ ਆ ਕੇ ਹਨ ਜਿਹੜੇ ਡੇ ਡੇ ਜ਼ਾਲਮ ਲੋਕ ਸੀਗੇ ਤਾਂ ਇਹ ਜੇ ਰੱਬ ਦੇ ਬੰਦੇ ਵੀ ਸੀਗੇ ਜਿਨ੍ਹਾਂ ਨੇ ਦੁੱਧ ਦੀਆਂ ਤਿੰਨ ਗੜਬੀਆਂ ਪਿੱਛੇ ਆਪਦਾ ਪੂਰਾ ਪਰਿਵਾਰ ਵਾਰਤਾ ਇਹਨਾਂ ਨੂੰ ਇਹਨਾਂ ਦੀ ਬਹੁਤ ਵੱਡੀ ਸ਼ਹਾਦਤ ਆ ਸਿੱਖ ਕੌਮ ਇਹਨਾਂ ਦੀ ਹਮੇਸ਼ਾ ਰਿਣੀ ਰਹੂਗੀ ਇਹਨਾਂ ਦੀ ਸ਼ਹਾਦਤ ਨੂੰ ਵੀ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਠੀਕ ਆ ਆਪਣੇ ਬੱਚਿਆਂ ਨੂੰ ਇਹਨਾਂ ਦੀ ਸ਼ਹਾਦਤ ਬਾਰੇ ਵੀ ਆਪਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ